ਕਲਾਊਡ 9 ਤੇ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ, ਔਨ ਜਿਹਨੂੰ ਕਹਿੰਦੇ ਵੀ ਔਨ ਟੌਪ ਆਫ ਦਾ ਵਰਲਡ, ਵੀ ਇੰਨੇ ਸਾਲਾਂ ਦੀ ਮਿਹਨਤ, ਕਿਉਂਕਿ 10ਵੀਂ ਕਾਊਂਟ ਹੁੰਦੀ ਆ ਹਨਾ ਪਹਿਲਾਂ, ਤਾਂ ਇੰਨੇ ਸਾਲਾਂ ਦੀ ਮਿਹਨਤ ਹੈ ਜਿਹੜੀ ਉਹ ਰੰਗ ਲਿਆਈ ਹੈ। ਹਾਂਜੀ ਬਹੁਤ ਬਹੁਤ ਖੁਸ਼ੀ, ਬਹੁਤ ਖੁਸ਼ੀ ਹੋ ਰਹੀ ਹੈ। ਅੱਛਾ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਸੀ ਉਦੋਂ ਮਤਲਬ ਇੰਨਾ ਐਕਸਪੈਕਟਿਡ ਸੀਗਾ ਕਿ ਇੰਨੇ ਅੱਛੇ ਮਾਰਕਸ ਆਉਣ ਵਾਲੇ ਨੇ? ਸੋਚਦੇ ਸੀ ਵੀ ਇੰਨੇ ਛੋਟੇ ਸਕੂਲ ਦੇ ਵਿੱਚ ਅਸੀਂ ਇੰਨਾ ਨਾਮ ਜਿਹੜਾ ਬਣਾ ਲਾਂਗੇ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ 'ਚ ਹੀ ਕਾਊਂਟ ਹੋਊਗਾ ਸਾਡਾ ਨਾਮ? ਬੇਟੇ ਕਿੰਨਾ ਕੁ ਮਾਣ ਆਪਣੇ ਆਪ 'ਤੇ ਮਹਿਸੂਸ ਹੋ ਰਿਹਾ ਤੁਹਾਨੂੰ ਦੋਹਾਂ ਨੂੰ ਅੱਜ? ਹੋ ਰਿਹਾ ਜੀ, ਬਸ ਚੰਗਾ ਲੱਗ ਰਿਹਾ ਵੀ ਵਧੀਆ ਪੋਜੀਸ਼ਨ ਆਈ ਹੈ, ਅੱਗੇ ਹੋਰ ਮਿਹਨਤ ਕਰਨੀ ਹੈ ਵੀ ਹੋਰ ਵਧੀਆ ਆਵੇ ਪੋਜੀਸ਼ਨ ਪੇਰੈਂਟਸ ਦਾ, ਜੋ ਪ੍ਰਾਊਡ ਹੋਵੇ ਪੇਰੈਂਟਸ ਨੂੰ। ਐਜ਼ ਅ ਮਿਡਲ ਕਲਾਸ ਸਾਡੇ ਕੋਲ ਲਿਮਿਟਡ ਰਿਸੋਰਸਿਸ ਸੀਗੇ, ਐਕਸਪੈਕਟਡ ਤਾਂ ਕੁਛ ਨਹੀਂ ਸੀ ਕਿਉਂਕਿ ਅਸੀਂ ਸਿਰਫ ਨੌਲੇਜ 'ਤੇ ਧਿਆਨ ਦਿੱਤਾ ਸੀ, ਨੌਲੇਜ ਗੇਨ ਕਰਨ 'ਤੇ। ਕੋਈ ਮਾਰਕਸ ਤਾਂ ਨਹੀਂ ਸੀ ਵੀ ਇੰਨੇ ਮਾਰਕਸ ਆ ਜਾਣਗੇ, ਇੰਨੇ ਮਾਰਕਸ ਸਿਰਫ ਟੀਚਰ ਸਮਝਾ ਰਹੇ ਸਮਝ ਰਹੇ ਸੀ, ਸਾਨੂੰ ਵਧੀਆ ਲੱਗ ਰਿਹਾ ਸੀ ਪੜ੍ਹਨਾ। ਉਸ ਤੋਂ ਬਾਅਦ ਇਗਜ਼ਾਮ ਵਧੀਆ ਹੋਏ, ਜੋ ਕੁਛ ਟੀਚਰਸ ਨੇ ਪੜ੍ਹਾਇਆ ਸੀ ਸਭ ਕੁਛ ਇਗਜ਼ਾਮ ਦੇ ਵਿੱਚ ਆਇਆ ਜੀ। ਅਤੇ ਬਾਕੀ ਐਕਸਪੈਕਟਡ ਜ਼ਿਆਦਾ ਸੀ, ਇਹ ਲੱਗਦਾ ਵੀ ਨੰਬਰ ਕੱਟੇ ਗਏ ਨੇ ਥੋੜ੍ਹੇ ਕੱਟੇ ਗਏ ਆ। ਹਾਂਜੀ ਤੁਹਾਡੀ ਫੈਮਿਲੀ 'ਚ? ਮੇਰੇ ਮੰਮਾ ਕੰਮ 'ਤੇ ਜਾਂਦੇ ਨੇ ਅਤੇ ਮੇਰੇ ਪਾਪਾ ਤਾਂ ਨਹੀਂ ਹੈ, ਅਤੇ ਅਸੀਂ 3 ਸਿਸਟਰਸ ਨੇ। ਹਾਂਜੀ ਅਤੇ ਮੰਮਾ ਕੀ ਕੰਮ ਕਰਦੇ? ਮੰਮਾ ਆਈਲੈਟਸ ਸੈਂਟਰ ਦੇ ਵਿੱਚ ਹੈਲਪਰ ਦਾ ਕੰਮ ਕਰਦੇ ਨੇ। ਤਾਂ ਐਕਸਟਰਾ ਟਿਊਸ਼ਨਸ ਵਗੈਰਾ ਵੀ ਕਰਦੇ ਸੀ ਜਾਂ ਤੁਸੀਂ ਇੱਕ ਦੂਸਰੇ ਦੀ ਹੈਲਪ ਕਰਕੇ ਜਿਹੜਾ ਹੈਗਾ ਪੜ੍ਹਾਈ ਕਰ ਲੈਂਦੇ ਸੀਗੇ? ਟਿਊਸ਼ਨ ਦੀ ਜ਼ਰੂਰਤ ਨਹੀਂ ਪਈ, ਸਕੂਲ ਦੇ ਵਿੱਚ ਐਕਸਟਰਾ ਕਲਾਸ ਟੀਚਰ ਖੁਦ ਲਗਵਾ ਦਿੰਦੇ ਸੀ। ਉਸ ਤੋਂ ਬਾਅਦ ਫਿਰ ਘਰ ਜੇ ਮੈਨੂੰ ਕੁਛ ਸਮਝ ਨਹੀਂ ਆਉਂਦਾ ਸੀ ਮੈਂ ਇਸ ਤੋਂ ਪੁੱਛ ਲੈਂਦੀ ਸੀ, ਜੇ ਇਹਨੂੰ ਕੁਛ ਨਹੀਂ ਪਤਾ ਲੱਗਦਾ ਸੀ ਫਿਰ ਮੈਂ ਦੱਸ ਦਿੰਦੀ ਸੀ, ਬਸ ਹੈਲਪ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਪੜ੍ਹੇ ਬਸ। ਅੱਛਾ ਫਿਰ ਇਸ ਤੋਂ ਇਲਾਵਾ ਸਾਰਾ ਦਿਨ ਹਮੇਸ਼ਾ ਪੜ੍ਹਦੇ ਹੀ ਰਹਿੰਦੇ ਸੀ? ਸਕੂਲ 'ਚ ਵੀ ਪੜ੍ਹਦੇ ਸੀ, ਘਰ ਵੀ ਪੜ੍ਹਦੇ ਸੀ, ਜਾਂ ਉਸ ਤੋਂ ਇਲਾਵਾ ਵੀ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਸੀ? ਸਟੱਡੀ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਕਰੀਕੁਲਰ ਐਕਟੀਵਿਟੀਜ਼, ਸਪੋਰਟਸ, ਡਰਾਇੰਗ, ਪੇਂਟਿੰਗ, ਕੁਕਿੰਗ ਵਗੈਰਾ ਸਕਿੱਲਸ, ਇਹ ਸਾਰੀਆਂ ਆਪਣੇ ਅੰਦਰ ਡਿਵੈਲਪ ਕੀਤੀ। ਹੋਰ ਕੀ ਗੋਲ ਕੀ ਹੈ, ਅਲਟੀਮੇਟਲੀ ਕੀ ਗੋਲ ਹੈ? ਤਾਂ ਚਲੋ 10ਵੀਂ ਹੋ ਗਈ ਹੈ, +1 +2 ਕਰ ਜਾਓਗੇ, ਅੱਗੇ ਲਾਈਫ ਦੇ ਵਿੱਚ ਕੀ ਗੋਲ ਹੈ ਦੋਹਾਂ ਦਾ? ਦੋਵਾਂ ਨੇ ਆਈਐਸ ਆਫਿਸਰ ਬਣਨਾ ਹੈ। ਅੱਛਾ, ਦੋਨਾਂ ਨੇ? ਹਾਂਜੀ। ਤੇ ਫਿਰ ਤੁਹਾਨੂੰ ਆਈਐਸ ਆਫਿਸਰ ਬਣਨ ਦੇ ਲਈ ਕਿਹਨੇ ਮੋਟੀਵੇਟ ਕੀਤਾ? ਖੁਦ ਹੀ ਮੋਟੀਵੇਸ਼ਨ, ਸਾਨੂੰ ਨਿਊਜ਼ ਵਗੈਰਾ ਤੋਂ ਪਤਾ ਲੱਗਿਆ ਆਈਐਸ ਆਫਿਸਰ ਕੀ ਹੁੰਦੇ ਨੇ, ਉਹਨਾਂ ਦੀ ਪੋਸਟ ਕੀ ਹੈ ਜਾਂ ਫਿਰ ਉਹਨਾਂ ਦਾ ਕੰਮ ਕੀ, ਐਡਮਿਨਿਸਟ੍ਰੇਸ਼ਨ 'ਚ ਕੀ, ਉਹਨਾਂ ਦਾ ਪਾਰਟੀਸਿਪੇਸ਼ਨ ਹੈ। ਕਦੇ ਮੌਕਾ ਮਿਲਿਆ ਕਿਸੇ ਆਈਐਸ ਆਫਿਸਰ ਨੂੰ ਮਿਲਣ ਦਾ? ਨਹੀਂ, ਹਾਲੇ ਤਾਂ ਨਹੀਂ ਮਿਲਿਆ। ਹਜੇ ਨਹੀਂ ਮਿਲਿਆ? ਮਿਲਣਾ ਚਾਹੋਗੇ? ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਰਖਾਬ ਰਹਿਮਤ ਟੀਵੀ, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਹਾਲ ਹੀ ਦੇ ਵਿੱਚ 10ਵੀਂ ਜਮਾਤ ਦੇ ਜਿਹੜੇ ਰਿਜ਼ਲਟਸ ਨੇ ਉਹ ਆਊਟ ਹੋਏ ਨੇ, ਬੋਰਡਿੰਗ ਦੇ 10ਵੀਂ ਬੋਰਡ ਕਲਾਸ ਦੇ ਜਿਹੜੇ ਰਿਜ਼ਲਟਸ ਨੇ ਉਹ ਨਸ਼ਰ ਹੋਏ ਨੇ, ਔਰ ਇਹਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਉਹਨਾਂ ਨੇ ਅਚੀਵਮੈਂਟ ਜਿਹੜੀ ਹੈ ਹਾਸਿਲ ਕੀਤੀ ਹੈ, ਸੋਹਣੇ ਨੰਬਰ ਲੈ ਕੇ ਉਹਨਾਂ ਨੇ ਅਚੀਵਮੈਂਟ ਹਾਸਿਲ ਕੀਤੀ ਹੈ, ਔਰ ਸਭ ਦੀ ਇੱਕ ਅਲੱਗ ਅਲੱਗ ਸਟੋਰੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਬੱਚੇ ਜਿਹੜੇ ਨੇ, ਕਈਆਂ ਦੀ ਜ਼ਿੰਦਗੀ ਤਾਂ ਬਹੁਤ ਜ਼ਿਆਦਾ ਸਟਰਗਲਿੰਗ ਹੈ, ਪਰ ਫਿਰ ਵੀ ਉਹ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਐਕਸਲ ਕੀਤਾ। ਸਾਡੇ ਨਾਲ ਉਸੇ ਤਰ੍ਹਾਂ ਹੀ ਦੋ ਫਰੈਂਡਸ ਜੁੜੇ ਨੇ, ਦੋਨੇ ਇੱਕੇ ਕਲਾਸ ਦੇ ਵਿੱਚ ਪੜ੍ਹਦੀਆਂ ਸਨ, ਇੱਕੇ ਸਕੂਲ ਦੇ ਵਿੱਚ ਪੜ੍ਹਦੀਆਂ ਸਨ, ਅਮਰੀਨ ਅਤੇ ਹਰਮੀਤ ਕੌਰ। ਇਹ ਦੋਨੋਂ ਬਚਪਨ ਤੋਂ ਹੀ ਫਰੈਂਡਸ ਨੇ, ਔਰ ਇਹਨਾਂ ਨੇ ਵੀ ਦੋਹਾਂ ਨੇ 10ਵੀਂ ਦੇ ਵਿੱਚ ਜਿਹੜਾ ਹੈ ਬਹੁਤ ਸੋਹਣੇ ਅੰਕ ਲਿਆ ਕੇ ਇਹਨਾਂ ਨੇ ਟੌਪ ਕੀਤਾ ਹੈ। ਅਮਰੀਨ ਦੇ 97.92% ਅੰਕ ਆਏ ਹੈ ਅਤੇ ਹਰਮੀਤ ਦੇ 97.7% ਅੰਕ ਜਿਹੜੇ ਨੇ ਆਏ ਨੇ। ਦੋਨੇ ਬਹੁਤ ਅੱਛੀਆਂ ਫਰੈਂਡਸ ਨੇ ਆਪਸ ਦੇ ਵਿੱਚ,
ਔਰ ਜਿਹੜੇ ਇਹਨਾਂ ਦੇ ਇੰਨੇ ਵਧੀਆ ਅੰਕ ਆਏ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਇੱਕ ਦੂਸਰੇ ਦੀ ਜਿਹੜੀ ਮਦਦ ਹੈ ਉਹ ਅਕਸਰ ਕੀਤੀ ਹੈ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਦੋਹਾਂ ਦਾ? ਠੀਕ ਹੋ? ਯੈਸ। ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੋਹਾਂ ਨੂੰ ਇੰਨੇ ਅੱਛੇ ਨੰਬਰਸ ਆਉਣ ਤੇ। ਥੈਂਕ ਯੂ ਮੈਮ। ਅੱਛਾ, ਮਹਿਸੂਸ ਕਿਵੇਂ ਹੋ ਰਿਹਾ? ਮਤਲਬ ਕਲਾਊਡ 9 ਤੇ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ? ਔਨ ਜਿਹਨੂੰ ਕਹਿੰਦੇ ਵੀ ਔਨ ਟੌਪ ਆਫ ਦਾ ਵਰਲਡ, ਵੀ ਇੰਨੇ ਸਾਲਾਂ ਦੀ ਮਿਹਨਤ, ਕਿਉਂਕਿ 10ਵੀਂ ਕਾਊਂਟ ਹੁੰਦੀ ਆ ਹੈ ਨਾ ਪਹਿਲਾਂ, ਤਾਂ ਇੰਨੇ ਸਾਲਾਂ ਦੀ ਮਿਹਨਤ ਹੈ ਜਿਹੜੀ ਉਹ ਰੰਗ ਲਿਆਈ ਹੈ। ਹਾਂਜੀ, ਬਹੁਤ ਬਹੁਤ ਖੁਸ਼ੀ ਹੋ ਰਹੀ ਹੈ। ਬਹੁਤ ਖੁਸ਼ੀ ਹੋ ਰਹੀ ਹੈ। ਅੱਛਾ, ਇਹ ਦੱਸੋ ਵੀ ਫਰੈਂਡਸ ਕਿੰਨੇ ਸਾਲਾਂ ਤੋਂ ਉਦੋਂ ਹੀ? ਅਸੀਂ ਮੈਂ ਨਰਸਰੀ ਤੋਂ ਸਕੂਲ ਦੇ ਵਿੱਚ ਸੀ, ਅਮਰੀਨ 3rd ਕਲਾਸ ਦੇ ਵਿੱਚ ਆਈ। ਉਦੋਂ ਅਸੀਂ 6th ਤੋਂ ਇਕੱਠੇ ਹੋਏ ਸੀ। 6th ਤੋਂ ਇਕੱਠੇ ਹੋਏ ਸੀ। ਓਕੇ। ਅੱਛਾ, ਆਪਣੇ ਸਕੂਲ ਬਾਰੇ ਦੱਸੋ। ਮੈਂ ਸੁਣਿਆ ਵੀ ਤੁਹਾਡੀ ਲੋਕੈਲਿਟੀ ਦੇ ਵਿੱਚ ਹੀ ਸਕੂਲ ਹੈ, ਕੋਈ ਜ਼ਿਆਦਾ ਜਿਹਨੂੰ ਕਹਿੰਦੇ ਕਿ ਬਹੁਤੀਆਂ ਫੈਸਿਲਿਟੀਜ਼ ਨਹੀਂ ਹੈ ਸਕੂਲ ਦੇ ਵਿੱਚ, ਜਿਵੇਂ ਕਾਨਵੈਂਟ ਸਕੂਲਾਂ 'ਚ ਹੁੰਦੀਆਂ ਜਾਂ ਵੱਡੇ ਬੋਰਡਿੰਗ ਸਕੂਲਸ 'ਚ ਹੁੰਦੀਆਂ ਨੇ, ਸਕੂਲ ਦੇ ਬਾਰੇ ਦੱਸੋ ਤੁਸੀਂ। ਸਾਡਾ ਸਕੂਲ ਇੱਕ ਸਲੰਮ ਏਰੀਆ ਦੇ ਵਿੱਚ ਹੈ, ਅਤੇ ਉੱਥੇ ਮੀਨਸ ਮਿਡਲ ਕਲਾਸ ਐਂਡ ਮਿਡਲ ਲੋਅਰ ਕਲਾਸ ਦੇ ਬੱਚੇ ਜੋ ਆਉਂਦੇ ਨੇ, ਅਤੇ ਫੀਸ ਲਿਮਿਟਡ ਹੈ। ਫੀਸ ਸਾਡੇ ਲਈ, ਕਿਉਂਕਿ ਸਾਡੇ ਗ੍ਰੇਡਸ ਬਹੁਤ ਵਧੀਆ ਆਉਂਦੇ ਸੀ, ਸਾਨੂੰ ਸਕੋਲਰਸ਼ਿਪ ਮਿਲ ਗਈ ਸੀ ਸਕੂਲ ਵੱਲੋਂ। ਉਸ ਤੋਂ ਬਾਅਦ ਫਿਰ ਅਸੀਂ ਨਰਸਰੀ ਤੋਂ 10th ਤੱਕ ਸਟੱਡੀ ਕੀਤੀ ਆਪਣੇ ਸਕੂਲ ਦੇ ਵਿੱਚ। ਬਹੁਤ ਹਾਰਡ ਵਰਕਿੰਗ ਸਟਾਫ ਸੀ, ਅਤੇ ਜਿਹੜੇ ਸਾਡੇ ਪ੍ਰਿੰਸੀਪਲ ਸਰ ਸੀ, MD ਸਰ ਸੀ, ਬਹੁਤ ਉਹ ਕੋਆਰਡੀਨੇਸ਼ਨ ਕਰਦੇ ਸੀਗੇ, ਇਸ ਕਰਕੇ ਸਾਡੇ 'ਤੇ ਬਰਡਨ ਨਹੀਂ ਸੀ, ਪ੍ਰੈਸ਼ਰ ਨਹੀਂ ਸੀ ਕੋਈ ਵੀ, ਅਤੇ ਟੀਚਰ ਹੈਲਪਫੁਲ ਸੀਗੇ ਸਾਡੇ, ਅਤੇ ਕੋਈ ਵੀ ਕੁਛ ਸਮਝ ਨਹੀਂ ਆਉਂਦਾ ਸੀ ਟੀਚਰ ਦੁਬਾਰਾ ਸਮਝਾ ਦਿੰਦੇ ਸੀ। ਇਸੇ ਕਾਰਨ ਵਧੀਆ ਗ੍ਰੇਡਸ ਆਏ ਨੇ। ਮੇਰੀ ਬਠਿੰਡਾ ਦੇ ਵਿੱਚੋਂ, ਅਰਬਨ ਦੇ ਵਿੱਚੋਂ 2nd ਪੋਜੀਸ਼ਨ ਆਈ ਹੈ, ਅਤੇ ਪੰਜਾਬ ਦੇ ਅਮਰੀਨ ਦੀ 1st ਅਰਬਨ ਦੇ ਵਿੱਚੋਂ, ਅਤੇ ਮੇਰਾ 17th ਰੈਂਕ ਆ ਆਲ ਆਊਟ ਆਫ ਪੰਜਾਬ ਦੇ ਵਿੱਚ, ਅਮਰੀਨ ਦਾ 16th ਰੈਂਕ। ਅੱਛਾ, ਜਦੋਂ ਤੁਸੀਂ ਪੜ੍ਹਾਈ ਕਰ ਰਹੇ ਸੀ ਉਦੋਂ ਮਤਲਬ ਇੰਨਾ ਐਕਸਪੈਕਟਿਡ ਸੀਗਾ ਕਿ ਇੰਨੇ ਅੱਛੇ ਮਾਰਕਸ ਆਉਣ ਵਾਲੇ ਨੇ? ਸੋਚਦੇ ਸੀ ਵੀ ਇੰਨੇ ਛੋਟੇ ਸਕੂਲ ਦੇ ਵਿੱਚ ਅਸੀਂ ਇੰਨਾ ਨਾਮ ਜਿਹੜਾ ਬਣਾ ਲਾਂਗੇ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ 'ਚ ਹੀ ਕਾਊਂਟ ਹੋਊਗਾ ਸਾਡਾ ਨਾਮ? ਐਜ਼ ਅ ਮਿਡਲ ਕਲਾਸ ਸਾਡੇ ਕੋਲ ਲਿਮਿਟਡ ਰਿਸੋਰਸਿਸ ਸੀਗੇ, ਐਕਸਪੈਕਟਡ ਤਾਂ ਕੁਛ ਨਹੀਂ ਸੀ, ਕਿਉਂਕਿ ਅਸੀਂ ਸਿਰਫ ਨੌਲੇਜ 'ਤੇ ਧਿਆਨ ਦਿੱਤਾ ਸੀ, ਨੌਲੇਜ ਗੇਨ ਕਰਨ 'ਤੇ। ਕੋਈ ਮਾਰਕਸ ਤਾਂ ਨਹੀਂ ਸੀ ਵੀ ਇੰਨੇ ਮਾਰਕਸ ਆ ਜਾਣਗੇ, ਇੰਨੇ ਮਾਰਕਸ ਸਿਰਫ ਟੀਚਰ ਸਮਝ ਰਹੇ ਸੀ, ਸਾਨੂੰ ਵਧੀਆ ਲੱਗ ਰਿਹਾ ਸੀ ਪੜ੍ਹਨਾ। ਉਸ ਤੋਂ ਬਾਅਦ ਇਗਜ਼ਾਮ ਵਧੀਆ ਹੋਏ, ਜੋ ਕੁਛ ਟੀਚਰਸ ਨੇ ਪੜ੍ਹਾਇਆ ਸੀ ਸਭ ਕੁਛ ਇਗਜ਼ਾਮ ਦੇ ਵਿੱਚ ਆਇਆ ਜੀ, ਅਤੇ ਬਾਕੀ ਐਕਸਪੈਕਟਡ ਜ਼ਿਆਦਾ ਸੀ। ਇਹ ਲੱਗਦਾ ਵੀ ਨੰਬਰ ਕੱਟੇ ਗਏ ਨੇ ਥੋੜ੍ਹੇ। ਕੱਟੇ ਗਏ ਆ? ਹਾਂਜੀ। ਤੁਹਾਨੂੰ ਕਿੰਨੀ ਐਕਸਪੈਕਟੇਸ਼ਨ ਸੀ, ਕਿੰਨੇ ਮਾਰਕਸ ਆਉਣ? 97% ਦੀ ਸੀ, ਪੂਰੇ ਥੋੜ੍ਹੇ ਕੇ ਨੰਬਰ ਕੱਟੇ ਆ। ਪੂਰੇ 97? ਹਾਂਜੀ। ਚਲੋ, ਤੁਹਾਨੂੰ? ਮੈਨੂੰ ਵੀ 97% ਦੀ ਸੀ। ਅੱਛਾ, ਪੂਰੀ ਕੈਲਕੂਲੇਸ਼ਨ ਕਰ ਰੱਖੀ ਸੀ ਆਪਣੇ ਕੰਨੀ? ਹਾਂਜੀ। ਓਕੇ। ਅੱਛਾ, ਅਤੇ ਜਦੋਂ ਤੁਸੀਂ ਮਤਲਬ ਇਗਜ਼ਾਮ ਤੁਹਾਡਾ ਹੋਇਆ ਤਾਂ ਫਿਰ ਸਾਰਾ, ਫਿਰ ਪੂਰਾ ਐਗਜ਼ਾਮ ਪੂਰਾ ਮਤਲਬ ਤੁਸੀਂ ਕਰਕੇ ਆਉਂਦੇ ਸੀ ਪੇਪਰ? ਸਭ ਕੁਛ ਸਮਝ ਆਇਆ ਹੋਇਆ ਸੀ ਵੀ ਕੀ ਲਿਖਣਾ, ਉਸ ਤੋਂ ਬਾਅਦ ਪੇਪਰ ਦੇ ਵਿੱਚ ਜਿੰਨਾ ਆਉਂਦਾ ਸਭ ਕੁਛ ਲਿਖਤਾ ਸੀ, ਸਾਰਾ ਲਿਖਤਾ, ਸਾਰਾ ਛੱਡਿਆ ਨਹੀਂ, ਸ਼ੀਟਾਂ ਭਰਤੀਆਂ, ਕੁਛ ਨਹੀਂ ਛੱਡਿਆ, ਬਣਾ ਕੇ ਵੀ ਲਿਖ ਦਿੰਦੇ ਸੀ। ਹਾਂਜੀ। ਓਕੇ, ਠੀਕ ਹੈ। ਤਾਂ ਫਿਰ ਫਾਈਂਡ ਆਊਟ ਕੀਤਾ ਵੀ ਫਿਰ ਕਿੱਥੇ ਮਾਰਕਸ ਘੱਟ ਗਏ, ਕਿੱਥੇ ਕਮੀ ਰਹਿ ਗਈ, ਇਹ ਲੱਭਣ ਦੀ ਕੋਸ਼ਿਸ਼ ਕੀਤੀ? ਥੋੜ੍ਹੀਆਂ ਮਿਸਟੇਕਸ ਹੋ ਗਈਆਂ ਸੀ, ਮਤਲਬ ਕਈ ਵਾਰ ਕੁਛ ਵਰਡਿੰਗ ਗਲਤ ਲਿਖੀ ਜਾਂਦੀ ਸੀ, ਇਸੇ ਕਾਰਨ, ਕਿਉਂਕਿ ਅਸੀਂ ਬਿਲਕੁਲ ਐਜ਼ ਏ ਜਿਵੇਂ ਬੁੱਕ ਦੇ ਵਿੱਚ ਉਵੇਂ ਚੇਪਿਆ ਨਹੀਂ ਸੀ, ਕੁਛ ਬਣਾ ਕੇ ਲਿਖਿਆ ਸੀ ਨਾ, ਇਸੇ ਕਾਰਨ ਸ਼ਾਇਦ ਨੰਬਰ ਕੱਟੇ ਗਏ। ਬਿਲਕੁਲ। ਅੱਛਾ, ਇਹ ਦੱਸੋ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਲੰਮ ਏਰੀਆ ਦੇ ਵਿੱਚ ਸਕੂਲ ਹੈ, ਤੁਹਾਡੇ ਸਕੂਲ ਦਾ ਨਾਮ ਕੀ ਹੈ ਅਤੇ ਉਹਦੀ ਕੀ ਹਿਸਟਰੀ ਹੈ ਸਕੂਲ ਦੀ? ਸਾਡੇ ਸਕੂਲ ਦਾ ਨਾਮ ਕਿਰਨ ਪਬਲਿਕ ਸਕੂਲ ਹੈ ਬਠਿੰਡਾ, ਇੱਕ ਸਲੰਮ ਏਰੀਆ ਦੇ ਵਿੱਚ ਅਮਰਪੁਰਾ ਬਸਤੀ ਸਕੂਲ ਹੈ ਸਾਡਾ, ਅਤੇ ਇਹਦੀ, ਹਾਂਜੀ, ਰਹਿਣ ਵਾਲੇ ਵੀ ਉੱਥੋਂ ਦੀ, ਉੱਥੋਂ ਹੀ ਲੋਕਲ ਹੀ ਰਹਿੰਦੇ ਹਾਂ ਅਸੀਂ।
ਸਾਡੇ ਜਿਹੜੇ ਐਮ ਡੀ ਸਰ ਨੇ ਹਰੀਓਮ ਠਾਕੁਰ ਸਰ, ਉਹਨਾਂ ਦੇ ਮਦਰ ਦਾ ਨਾਮ ਕਿਰਨ ਸੀ, ਕਿਰਨ ਮੈਮ, ਅਤੇ ਅੱਗੇ ਉਹਨਾਂ ਨੇ ਆਪਣਾ ਸਕੂਲ ਇੱਕ ਮਤਲਬ ਮਿਡਲ ਕਲਾਸ ਲਈ ਖੋਲ੍ਹਿਆ ਸੀ ਵੀ ਜੋ ਲੋੜਵੰਦਾਂ ਦੇ ਬੱਚੇ ਨੇ ਇੱਥੇ ਮਤਲਬ ਲਿਮਿਟਡ ਫੀਸ 'ਚ ਪੜ੍ਹ ਸਕਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਨਾਮ 'ਤੇ ਕਿਰਨ ਪਬਲਿਕ ਸਕੂਲ ਖੁੱਲ੍ਹਿਆ, ਫਿਰ ਸਾਡੇ ਐਮ ਡੀ ਸਰ ਨੂੰ ਚਲਾ ਰਹੇ ਨੇ ਅੱਗੇ ਉਹਨਾਂ ਤੋਂ ਬਾਅਦ। ਅੱਛਾ, ਆਪਣੇ ਪਰਿਵਾਰਾਂ ਦੇ ਬਾਰੇ ਦੱਸੋ ਕਿ ਤੁਹਾਡੀ ਫੈਮਿਲੀ ਦੇ ਵਿੱਚ ਹਰਮੀਤ ਕੌਣ ਕੌਣ ਹੈ, ਤੁਹਾਡੇ ਪਿਤਾ ਜੀ ਕੀ ਕਰਦੇ ਆ, ਮਾਤਾ ਜੀ ਕੀ ਕਰਦੇ ਆ? ਮੇਰੇ ਜੋ ਪਾਪਾ ਨੇ ਉਹ ਪ੍ਰਾਈਵੇਟ ਕੰਪਨੀ 'ਚ ਜੋਬ ਕਰਦੇ ਨੇ, ਉਹ ਇੱਕ ਸੁਪਰਵਾਈਜ਼ਰ ਦੀ ਐਜ਼ ਅ ਸੁਪਰਵਾਈਜ਼ਰ ਕੰਮ ਕਰਦੇ ਨੇ, ਅਤੇ ਮੇਰੇ ਮਦਰ ਹਾਊਸ ਮੇਕਰ ਨੇ, ਅਤੇ ਘਰ ਅਸੀਂ ਮੇਰੀ ਇੱਕ ਫੈਮਿਲੀ ਛੋਟੀ ਜਿਹੀ ਫੈਮਿਲੀ ਆ, ਮੇਰੇ ਮੰਮਾ ਪਾਪਾ, ਮੈਂ, ਮੇਰਾ ਛੋਟਾ ਬ੍ਰਦਰ, ਅਤੇ ਅੱਗੇ ਮੇਰੇ ਚਾਚਾ ਜੀ ਅਤੇ ਚਾਚੀ ਜੀ, ਅਤੇ ਮੇਰੀ ਇੱਕ ਛੋਟੀ ਸਿਸਟਰ ਹੈ, ਮੇਰੇ ਚਾਚਾ ਜੀ ਦੀ ਬੇਟੀ, ਅਸੀਂ ਇੰਨੇ ਜਾਣੇ। ਤੁਹਾਡੀ ਫੈਮਿਲੀ 'ਚ ਮੇਰੇ ਮੰਮਾ ਕੰਮ 'ਤੇ ਜਾਂਦੇ ਨੇ, ਅਤੇ ਮੇਰੇ ਪਾਪਾ ਤਾਂ ਨਹੀਂ ਹੈ, ਅਤੇ ਅਸੀਂ ਤਿੰਨ ਸਿਸਟਰਸ ਨੇ। ਤੁਹਾਡੇ ਪਾਪਾ ਨੇ? ਹਾਂਜੀ। ਅਤੇ ਮੰਮਾ ਕੀ ਕੰਮ ਕਰਦੇ ਆ? ਮੰਮਾ ਆਈਲੈਟ ਸੈਂਟਰ ਦੇ ਵਿੱਚ ਹੈਲਪਰ ਦਾ ਕੰਮ ਕਰਦੇ ਨੇ। ਅਤੇ ਮੈਨੂੰ ਇਹ ਦੱਸੋ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੀ ਫੈਮਿਲੀ ਸੀ ਉਹਨਾਂ ਦੇ ਬਹੁਤ ਹੀ ਜ਼ਿਆਦਾ ਕੋਈ ਰਿਸੋਰਸਿਸ ਨਹੀਂ ਸੀਗੇ ਇਨਕਮ ਦੇ, ਹੈ ਨਾ, ਤਾਂ ਜਿਸ ਤਰ੍ਹਾਂ ਸਕੂਲ ਵੀ ਲੋਕੈਲਿਟੀ ਦੇ ਵਿੱਚ ਸੀ, ਉੱਥੇ ਤੁਸੀਂ ਪੜ੍ਹੇ ਹੋ, ਤਾਂ ਐਕਸਟਰਾ ਟਿਊਸ਼ਨਸ ਵਗੈਰਾ ਵੀ ਕਰਦੇ ਸੀ ਜਾਂ ਤੁਸੀਂ ਇੱਕ ਦੂਸਰੇ ਦੀ ਹੈਲਪ ਕਰਕੇ ਜਿਹੜਾ ਹੈਗਾ ਪੜ੍ਹਾਈ ਕਰ ਲੈਂਦੇ ਸੀਗੇ? ਟਿਊਸ਼ਨ ਦੀ ਜ਼ਰੂਰਤ ਨਹੀਂ ਪਈ, ਸਕੂਲ ਦੇ ਵਿੱਚ ਐਕਸਟਰਾ ਕਲਾਸ ਟੀਚਰਸ ਖੁਦ ਲਗਵਾ ਦਿੰਦੇ ਸੀ। ਉਸ ਤੋਂ ਬਾਅਦ ਫਿਰ ਘਰ ਜੇ ਮੈਨੂੰ ਕੁਛ ਸਮਝ ਨਹੀਂ ਆਉਂਦਾ ਸੀ, ਮੈਂ ਇਸ ਤੋਂ ਪੁੱਛ ਲੈਂਦੀ ਸੀ, ਜੇ ਇਹਨੂੰ ਕੁਛ ਨਹੀਂ ਪਤਾ ਲੱਗਦਾ ਸੀ ਫਿਰ ਮੈਂ ਦੱਸ ਦਿੰਦੀ ਸੀ, ਬਸ ਹੈਲਪ ਨਾਲ, ਕੋਆਰਡੀਨੇਸ਼ਨ ਨਾਲ ਅਸੀਂ ਪੜ੍ਹੇ ਬਸ। ਅੱਛਾ, ਫਿਰ ਇਸ ਤੋਂ ਇਲਾਵਾ ਸਾਰਾ ਦਿਨ ਹਮੇਸ਼ਾ ਪੜ੍ਹਦੇ ਹੀ ਰਹਿੰਦੇ ਸੀ, ਸਕੂਲ 'ਚ ਵੀ ਪੜ੍ਹਦੇ ਸੀ, ਘਰ ਵੀ ਪੜ੍ਹਦੇ ਸੀ, ਜਾਂ ਉਸ ਤੋਂ ਇਲਾਵਾ ਵੀ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਸੀ? ਸਟੱਡੀ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਕਰੀਕੁਲਰ ਐਕਟੀਵਿਟੀਜ਼, ਸਪੋਰਟਸ, ਡਰਾਇੰਗ, ਪੇਂਟਿੰਗ, ਕੁਕਿੰਗ ਵਗੈਰਾ ਸਕਿੱਲਸ, ਇਹ ਸਾਰੀਆਂ ਆਪਣੇ ਅੰਦਰ ਡਿਵੈਲਪ ਕੀਤੀਆਂ ਨੇ ਸਕੂਲ ਦੇ ਵਿੱਚ। ਤੁਹਾਡੇ ਸਰ ਦੱਸ ਰਹੇ ਸੀ, ਕਹਿੰਦੇ ਵੀ ਘਰ ਦੀ ਜਿਹੜੀ ਕਿਚਨ ਹੈ ਉਹਨੂੰ ਲੈਬ ਬਣਾ ਲਿਆ ਸੀਗਾ, ਕਿਹਨੇ ਬਣਾਇਆ ਸੀ ਲੈਬ? ਦੋਨਾਂ ਨੇ ਬਣਾਇਆ ਸੀ। ਅੱਛਾ, ਘਰ ਦੀ ਕਿਚਨ ਨੂੰ ਕੀ ਕਰਦੇ ਸੀ ਉਹ 'ਚ ਫਿਰ? ਉਸ ਤੋਂ ਬਾਅਦ ਸਾਨੂੰ ਨਾ ਸਕੂਲ ਦੇ ਵੱਲੋਂ ਇੱਕ ਕੈਮੀਕਲ ਕਿੱਟ ਦਿੱਤੇ ਜਾਂਦੇ ਸੀ, ਕੈਮੀਕਲ ਰਿਐਕਸ਼ਨ ਲਈ ਕਿੱਟ, ਕੈਮੀਕਲਸ ਵਗੈਰਾ ਦਿੱਤੇ ਜਾਂਦੇ ਸੀ, ਐਸਿਡ, ਬੇਸ, ਹੋਰ ਇੰਡੀਕੇਟਰ। ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਕੋਈ ਕਹਿੰਦੇ ਸੀ ਵੀ ਇਹ ਰਿਐਕਸ਼ਨ ਕਰਨੀ ਹੈ, ਘਰੀ ਕਿਚਨ ਦੇ ਵਿੱਚ ਗਲਾਸ ਵਗੈਰਾ ਚੱਕ ਕੇ ਉੱਥੋਂ ਹੀ ਗੈਸ ਸਟੋਵ ਤੋਂ, ਗੈਸ ਤੋਂ ਬਰਨ ਕਰਕੇ ਇਸ ਤਰ੍ਹਾਂ ਰਿਐਕਸ਼ਨ ਘਰੀ ਕਰਦੇ ਸੀ। ਕਿਚਨ ਹੀ ਸਾਡੀ ਸਾਇੰਸ, ਕੋਈ ਬਹੁਤ ਹੀ ਵੈਲ ਇਕਿਊਬਡ, ਜਦ ਤੁਹਾਡੇ ਕੋਲੇ ਲੈਬ ਨਹੀਂ ਸੀ ਤਾਂ ਘਰ ਦੀ ਜਿਹੜੀ ਕਿਚਨ ਆ ਉਹਨੂੰ ਯੂਟੀਲਾਈਜ਼ ਕਰ ਲਿਆ। ਹਾਂਜੀ। ਕਿਆ ਬਾਤ ਹੈ, ਮਤਲਬ ਇਹ ਵੀ ਨਵਾਂ ਐਕਸਪੈਰੀਮੈਂਟ ਹੀ ਹੈ ਵੀ ਕਿਚਨ ਦੇ ਵਿੱਚ ਸਾਇੰਸ ਐਕਸਪੈਰੀਮੈਂਟ ਹੋ ਰਹੇ ਨੇ। ਹਾਂਜੀ, ਘਰੇ ਬਸ ਸਭ ਕੁਝ ਕਰ ਲੈਂਦੇ ਸੀ। ਓਕੇ। ਅੱਛਾ, ਹੁਣ ਜਿਵੇਂ ਤੁਸੀਂ ਦੱਸਿਆ ਕਿ ਹੈ ਨਾ ਅੱਛਾ ਨਾਮ ਬਣ ਗਿਆ ਤੁਹਾਡਾ ਦੋਨਾਂ ਬੱਚਿਆਂ ਦਾ, ਔਰ ਪੇਰੈਂਟਸ ਦਾ ਵੀ ਨਾਮ ਰੌਸ਼ਨ ਹੋਇਆ, ਤੁਸੀਂ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਹੈ ਨਾ ਮਿਹਨਤ ਕੀਤੀ ਤੁਸੀਂ, ਜਿਹਨੂੰ ਕਹਿੰਦੇ ਵੀ ਬੜਾ ਸਾਇਲੈਂਟਲੀ, ਤਾਂ ਕਹਿੰਦੇ ਵੀ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਬੋਲਦਾ, ਤਾਂ ਅੱਜ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਉਹ ਬੋਲ ਰਿਹਾ, ਅਤੇ ਬੇਟੇ ਕਿੰਨਾ ਕੁ ਮਾਣ ਆਪਣੇ ਆਪ 'ਤੇ ਮਹਿਸੂਸ ਹੋ ਰਿਹਾ ਤੁਹਾਨੂੰ ਦੋਹਾਂ ਨੂੰ ਅੱਜ? ਹੋ ਰਿਹਾ ਜੀ, ਬਸ ਚੰਗਾ ਲੱਗ ਰਿਹਾ ਵੀ ਵਧੀਆ ਪੋਜੀਸ਼ਨ ਆਈ ਹੈ, ਅੱਗੇ ਹੋਰ ਮਿਹਨਤ ਕਰਨੀ ਹੈ ਵੀ ਹੋਰ ਵਧੀਆ ਆਵੇ ਪੋਜੀਸ਼ਨ, ਪੇਰੈਂਟਸ ਦਾ ਜੋ ਪ੍ਰਾਊਡ ਹੋਵੇ ਪੇਰੈਂਟਸ ਨੂੰ। ਅਤੇ ਹੁਣ ਤੁਸੀਂ ਦੋਹਾਂ ਨੇ ਅੱਗੇ ਫਿਰ ਕਿੱਥੇ ਐਡਮਿਸ਼ਨ ਲਈ ਹੈ, ਕਿਹੜੇ ਸਬਜੈਕਟ 'ਚ ਲਈ ਹੈ? ਅਸੀਂ ਨੋਨ ਮੈਡੀਕਲ ਸਬਜੈਕਟ ਲਿਆ ਦੋਹਾਂ ਨੇ। ਹਾਂਜੀ, ਦੋਨੋਂ ਇਕੱਠੀ, ਮਤਲਬ ਇੱਕ ਸਕੂਲ ਦੇ ਵਿੱਚ, ਹੁਣ ਗਵਰਨਮੈਂਟ ਗਰਲਸ ਦੇ ਵਿੱਚ ਲਈ ਹੈ? ਹਾਂਜੀ ਹਾਂਜੀ, ਗਵਰਨਮੈਂਟ ਗਰਲਸ ਵਿੱਚ ਲਈ। ਅਤੇ ਹੋਰ ਕੀ ਗੋਲ ਕੀ ਹੈ, ਅਲਟੀਮੇਟਲੀ ਕੀ ਗੋਲ ਹੈ? ਤਾਂ ਚਲੋ ਇੱਕ ਦਸਵੀਂ ਹੋ ਗਈ ਹੈ, ਪਲੱਸ ਵਨ ਪਲੱਸ ਟੂ ਕਰ ਜਾਓਗੇ, ਅੱਗੇ ਲਾਈਫ ਦੇ ਵਿੱਚ ਕੀ ਗੋਲ ਗੋਲ ਹੈ ਦੋਹਾਂ ਦਾ? ਦੋਵਾਂ ਨੇ ਆਈ ਐਸ ਆਫਿਸਰ ਬਣਨਾ ਹੈ। ਅੱਛਾ, ਦੋਨਾਂ ਨੇ? ਹਾਂਜੀ। ਅਤੇ ਫਿਰ ਤੁਹਾਨੂੰ ਆਈ ਐਸ ਆਫਿਸਰ ਬਣਨ ਦੇ ਲਈ ਕਿਹਨੇ ਮੋਟੀਵੇਟ ਕੀਤਾ?
ਖੁਦ ਹੀ ਮੋਟੀਵੇਸ਼ਨ ਸਾਨੂੰ ਨਿਊਜ਼ ਵਗੈਰਾ ਤੋਂ ਪਤਾ ਲੱਗਿਆ IAS ਆਫਿਸਰ ਕੀ ਹੁੰਦੇ ਨੇ, ਉਹਨਾਂ ਦੀ ਪੋਸਟ ਕੀ ਹੈ ਜਾਂ ਫਿਰ ਉਹਨਾਂ ਦਾ ਕੰਮ ਕੀ, ਐਡਮਿਨਿਸਟ੍ਰੇਸ਼ਨ 'ਚ ਕੀ, ਉਹਨਾਂ ਦਾ ਪਾਰਟੀਸੀਪੇਸ਼ਨ ਹੈ। ਕਦੇ ਮੌਕਾ ਮਿਲਿਆ ਕਿਸੇ IAS ਆਫਿਸਰ ਨੂੰ ਮਿਲਣ ਦਾ? ਨਹੀਂ, ਹਾਲੇ ਤਾਂ ਨਹੀਂ ਮਿਲਿਆ ਕੋਈ। ਹਜੇ ਨਹੀਂ ਮਿਲਿਆ, ਮਿਲਣਾ ਚਾਹੋਗੇ? ਹਾਂਜੀ, ਹਾਂਜੀ। ਅੱਛਾ, ਇੱਕ ਆਪਣੇ ਇੱਥੇ SSP ਨੇ, ਉਹਨਾਂ ਦਾ ਨਾਮ ਹੈਗਾ ਅਵਨੀਤ ਕੌਰ, ਓਲੰਪੀਅਨ ਵੀ ਨੇ, ਔਰ ਉਹ ਵੀ ਮਤਲਬ ਇੱਕ ਦਿਨ ਦੇ ਲਈ ਜਿਹੜਾ ਹੈਗਾ ਬ੍ਰਾਈਟ ਬੱਚਿਆਂ ਨੂੰ ਮੌਕਾ ਦਿੰਦੇ ਨੇ SSP ਬਣਨ ਦਾ। ਔਰ ਇਸੇ ਤਰ੍ਹਾਂ ਹੀ ਇੱਕ IAS ਨੇ, ਸਾਕਸ਼ੀ ਸਾਨੀ, ਉਹ ਵੀ ਮੌਕਾ ਦਿੰਦੇ ਨੇ ਇੱਕ ਦਿਨ ਦੇ ਲਈ IAS ਬਣਨ ਦਾ, DC ਬਣਨ ਦਾ। ਅਤੇ ਤੁਹਾਨੂੰ ਜੇ ਕਦੇ ਮੌਕਾ ਮਿਲੇ ਦੋਹਾਂ ਨੂੰ ਵੀ ਇੱਕ ਦਿਨ ਦੇ ਲਈ ਤੁਸੀਂ IAS ਬਣਨਾ ਹੈ ਅਤੇ ਤੁਸੀਂ SSP ਬਣਨਾ ਹੈ, ਤਾਂ ਫਿਰ ਤੁਸੀਂ ਓਪਰਚੁਨਿਟੀ ਨੂੰ ਅਵੇਲ ਕਰਨਾ ਚਾਹੋਗੇ? ਹਾਂਜੀ ਹਾਂਜੀ। ਤੁਸੀਂ? ਯੈਸ ਮੈਮ। ਬਣਨਾ ਚਾਹੋਗੇ ਇੱਕ ਦਿਨ ਲਈ DC? ਯੈਸ ਮੈਮ। ਤੁਸੀਂ? ਯੈਸ ਮੈਮ। DC ਬਣਨਾ ਚਾਹੋਗੇ ਕਿ SSP? DC। ਦੋਨੇ DC ਬਣਨਾ ਚਾਹੋਗੇ? ਕੀ ਬਾਤ ਹੈ। ਚਲੋ ਜੀ, ਬਿਲਕੁਲ ਇਹ ਨਾ ਬੱਚਿਆਂ ਦੀ ਜਿਹੜੀ ਵੀਡੀਓ ਹੈ ਉਹ ਤੁਸੀਂ IAS ਅਧਿਕਾਰੀਆਂ ਤੱਕ ਪਹੁੰਚਾ ਦਿਓ, ਤਾਂ ਕਿ ਇਹਨਾਂ ਦੀ ਜਿਹੜੀ ਇਹ ਇੱਛਾ ਹੈ ਉਹ ਪੂਰੀ ਹੋਵੇ, ਕਿ ਇਹ ਹੁਣੇ ਜਦੋਂ ਇਹਨਾਂ ਨੇ 10th ਦੇ ਵਿੱਚ ਇੰਨੇ ਅੱਛੇ ਅੰਕ ਪ੍ਰਾਪਤ ਕੀਤੇ ਨੇ, ਕਿ ਇਹ ਇੱਕ ਦਿਨ ਦੇ ਲਈ ਤਾਂ ਹੁਣ ਇਹਨਾਂ ਨੂੰ ਮੌਕਾ ਮਿਲੇ IAS ਬਣਨ ਦਾ। ਅੱਛਾ, ਫਿਰ ਕਰੋਗੇ ਕੀ ਫਿਰ ਜਦੋਂ ਸਪੋਜ਼ ਤੁਹਾਨੂੰ ਇੱਕ ਦਿਨ ਵਾਸਤੇ ਮੌਕਾ? ਉਹ ਨਾਇਕ ਮੂਵੀ ਆਈ ਸੀ ਨਾ ਇੱਕ, ਉਹਦੇ ਵਿੱਚ ਉਹਨੂੰ ਮੰਤਰੀ ਬਣਨ ਦਾ, ਮੁੱਖ ਮੰਤਰੀ ਬਣਨ ਦਾ ਮੌਕਾ ਮਿਲਦਾ ਹੈਗਾ ਅਨਿਲ ਕਪੂਰ ਨੂੰ, ਤਾਂ ਜੇ ਤੁਹਾਨੂੰ ਮਿਲਦਾ ਹੈ ਤਾਂ ਫਿਰ ਤੁਸੀਂ ਕੀ ਕਰਨਾ ਚਾਹੋਗੇ ਇੱਕ ਦਿਨ ਦੇ ਵਿੱਚ? ਮੈਂ ਤਾਂ ਕਰਪਸ਼ਨ ਦੂਰ ਕਰਨਾ ਚਾਹੂੰਗੀ ਇੱਕ ਦਿਨ 'ਚ ਹੀ। ਨਹੀਂ, ਕੋਸ਼ਿਸ਼ ਕਰੂੰਗੀ ਵੀ ਕੁਛ ਨਾ ਕੁਛ ਆਫਿਸਰਸ ਜਿਹੜੇ ਹੈਗੇ ਆ ਉਹਨਾਂ ਨੂੰ ਸਮਝਾ ਪਾਵਾਂ ਵੀ ਕਰਪਸ਼ਨ ਨਹੀਂ ਕਰਨੀ ਹੈ ਨਾ। ਕੀ ਬਾਤ ਹੈ। ਬਾਕੀ ਮੇਰਾ ਐਜੂਕੇਸ਼ਨ ਲਈ ਮੋਟਿਵ ਹੋਊਗਾ ਕੋਈ ਨਾ ਕੋਈ, ਗਰਲਸ ਲਈ ਕੋਈ ਐਜੂਕੇਸ਼ਨ ਵਗੈਰਾ, ਇਹ ਮੇਰਾ ਮੋਟਿਵ ਹੋਊਗਾ। ਤੁਸੀਂ ਕੀ ਕਰਨਾ ਚਾਹੋਗੇ? ਮੈਂ ਵੀ ਰਿਸ਼ਵਤ ਵਗੈਰਾ, ਭ੍ਰਿਸ਼ਟਾਚਾਰ ਨੂੰ ਦੂਰ ਕਰਨਾ। ਤੁਹਾਨੂੰ ਲੱਗਦਾ ਕਿ ਇਹ ਬਹੁਤ ਵੱਡਾ ਮੁੱਦਾ ਹੈ ਇੱਕ ਦੇਸ਼ ਦੇ ਵਿੱਚ ਜਿਹੜੀ ਕਰਪਸ਼ਨ ਹੈ, ਉਹਦੇ ਕਰਕੇ ਸਾਡਾ ਦੇਸ਼ ਕਿਤੇ ਨਾ ਕਿਤੇ ਪਿੱਛੇ ਰਹਿੰਦਾ? ਹਾਂਜੀ। ਕਦੇ ਆ ਖੁਦ ਨੂੰ ਜਾਂ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਫੇਸ ਕਰਨੀ ਪਈ ਹੈ ਕੋਈ ਇੱਦਾਂ ਦਾ, ਕੋਈ ਜਿੱਥੇ ਕੋਈ ਕਰਪਸ਼ਨ ਦਾ ਤੁਹਾਨੂੰ ਲੱਗ ਰਿਹਾ ਹੋਵੇ ਵੀ ਕਰਪਸ਼ਨ ਹੋ ਰਹੀ ਹੈ ਸਾਡੇ ਨਾਲ? ਹਾਲੇ ਤੱਕ ਤਾਂ ਨਹੀਂ, ਪਰ ਕਈ ਕੇਸ ਸੁਣਨ ਨੂੰ ਮਿਲ ਜਾਂਦੇ। ਕੀ ਬਾਤ ਹੈ ਜੀ। ਦੇਖੋ, ਬੱਚੇ ਪੂਰੇ ਅਵੇਅਰ ਨੇ, ਉਹ ਫੁੱਲੀ ਅਵੇਅਰ ਨੇ ਕਿ ਕੀ ਹੋ ਰਿਹਾ ਕੀ ਨਹੀਂ, ਔਰ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜੀ ਕਰਪਸ਼ਨ ਹੈ, ਹਾਲਾਂਕਿ ਹੁਣ ਤਾਂ ਸਰਕਾਰ ਕਹਿੰਦੀ ਹੈ, ਮੁੱਖ ਮੰਤਰੀ ਤਾਂ ਕਹਿੰਦੇ ਨੇ ਵੀ ਅਸੀਂ ਕਰਪਸ਼ਨ ਖਤਮ ਕਰਤੀ, ਭ੍ਰਿਸ਼ਟਾਚਾਰ ਖਤਮ ਕਰਤਾ, ਜਿਹੜੀ ਹੁਣ ਦੀ ਸਰਕਾਰ ਹੈ ਉਹਨਾਂ ਦੇ ਅਕੋਰਡਿੰਗ ਉਹ ਕਰਦੇ ਨੇ, ਮਿਹਨਤ ਤਾਂ ਉਹ ਵੀ ਕਰ ਰਹੇ ਹੋਣਗੇ ਹੈ ਨਾ, ਪਰ ਕਿਤੇ ਨਾ ਕਿਤੇ ਕਈ ਆਫਿਸਰਸ ਕਰ ਜਾਂਦੇ ਆ ਕਰਪਸ਼ਨ, ਕਈ ਵਾਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ, ਰਿਲੇਟਿਵਸ ਵਗੈਰਾ ਦਾ ਕੋਈ ਕੰਮ ਹੋ ਜਾਂਦਾ, ਜਾਂ ਫਿਰ ਕਈ ਵਾਰ ਕੋਈ ਜਾਣੂ ਪਛਾਣੂ ਹੁੰਦੇ ਆ, ਉਹਨਾਂ ਲਈ ਕਰਨਾ ਪੈ ਜਾਂਦਾ। ਤੁਹਾਨੂੰ ਇਹ ਨਹੀਂ ਲੱਗਦਾ ਵੀ ਇੰਨੀ ਮਿਹਨਤ ਕਰਕੇ ਅਖੀਰ ਉਹ ਜਿਹੜੇ ਉਹ ਆਫਿਸਰਸ ਨੇ ਉਹ ਵੀ ਤੁਹਾਡੀ ਤਰ੍ਹਾਂ ਮਿਹਨਤ ਕਰਕੇ ਬਣੇ ਨੇ ਅਫਸਰ, ਹੈ ਨਾ? ਕਿਉਂਕਿ ਅਫਸਰ ਬਣਨਾ ਵੀ ਕੋਈ ਇਸ ਤਰ੍ਹਾਂ ਸੌਖਾ ਨਹੀਂ ਹੈ, ਤਾਂ ਉਹਨਾਂ ਨੇ ਵੀ ਬੜੀਆਂ ਪੜ੍ਹਾਈਆਂ ਕੀਤੀਆਂ ਹੋਣਗੀਆਂ, ਬੜੀਆਂ ਉਹਨਾਂ ਨੇ ਵੀ ਰਾਤ ਰਾਤ ਜਾਗ ਕੇ ਪੜ੍ਹਾਈਆਂ ਕੀਤੀਆਂ ਹੋਣਗੀਆਂ, ਅਤੇ ਅੱਜ ਉਹ ਕਰਪਸ਼ਨ ਕਰ ਰਹੇ ਨੇ। ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਦੇ ਨਾਲ ਵੀ ਨਾ ਇਨਸਾਫੀ ਹੈ, ਅਤੇ ਜਿਹੜੀ ਪੜ੍ਹਾਈ ਕੀਤੀ ਹੈ, ਇੰਨੀ ਤਪੱਸਿਆ ਕੀਤੀ, ਉਹਦੇ ਨਾਲ ਵੀ ਨਾ ਇਨਸਾਫੀ ਹੈ? ਹਰ ਕੋਈ ਆਫਿਸਰ ਤਾਂ ਨਹੀਂ ਕਰਪਟ ਹੁੰਦਾ, ਪਰ ਕਈ ਹੁੰਦੇ ਨੇ ਵਿੱਚ। ਮੈਨੂੰ ਲੱਗਦਾ ਗਲਤ ਹੈ, ਉਹਨਾਂ ਦੀ ਜਿਹੜੀ ਪੋਸਟ ਹੈ ਉਹਦੇ ਲਈ ਸਹੀ ਨਹੀਂ ਹੈ, ਕਈ ਵਾਰ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਮੰਨਿਆ ਜਾ ਸਕਦਾ, ਪਰ ਕਰਪਸ਼ਨ ਸਹੀ ਨਹੀਂ ਹੈ ਕਿਤੇ ਵੀ, ਲੀਗਲ ਨਹੀਂ ਹੈ ਨਾ, ਇਲੀਗਲ ਹੈ, ਇਸ ਲਈ।
ਕਿਆ ਬਾਤ ਹੈ ਜੀ, ਦੇਖੋ ਬੱਚਿਆਂ ਦੀ ਸੋਚ ਤੁਸੀਂ ਦੇਖੋ ਵੀ ਕਿੰਨੀ ਐਡਵਾਂਸ ਹੈ। ਔਰ ਇਹ ਜਿਹੜੀ ਵੀਡੀਓ ਹੈ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ IAS ਅਧਿਕਾਰੀਆਂ ਤੱਕ IPS ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਓ, ਤਾਂ ਕਿ ਬਠਿੰਡੇ ਦੀ ਅਮਰੀਨ ਅਤੇ ਹਰਮੀਤ ਨੂੰ ਮੌਕਾ ਮਿਲੇ ਕਿ ਉਹ ਇੱਕ ਦਿਨ ਦੇ ਲਈ DC ਵੀ ਬਣ ਸਕਣ। ਔਰ ਦੋਨਾਂ ਬੱਚੀਆਂ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੀਆਂ ਨੇ, ਔਰ ਇਸ ਤੋਂ ਬਾਅਦ ਵੀ +1 ਨੋਨ ਮੈਡੀਕਲ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਪੜ੍ਹਾਈ ਹੈ ਉਹ ਵੀ ਇਕੱਠੇ ਐਡਮਿਸ਼ਨ ਲਈ ਹੈ। ਔਰ ਦੋਹੀਂ ਇੱਕ ਦੂਸਰੇ ਨੂੰ, ਕਿਉਂਕਿ ਟਿਊਸ਼ਨਸ, ਐਕਸਟਰਾ ਟਿਊਸ਼ਨਸ ਰੱਖਣ ਵਾਸਤੇ ਇੰਨੇ ਕੁ ਸਫੀਸ਼ੀਐਂਟ ਇਹਨਾਂ ਕੋਲ ਫੰਡਸ ਨਹੀਂ ਸੀਗੇ, ਫੈਮਲੀਜ਼ ਕੋਲ ਕੋਈ ਬਹੁਤੇ ਖਾਸ ਰਿਸੋਰਸਿਸ ਨਹੀਂ ਸੀ, ਕਿਉਂਕਿ ਹਰਮੀਤ ਦੇ ਪਾਪਾ ਇੱਕ ਪ੍ਰਾਈਵੇਟ ਜੋਬ ਕਰਦੇ ਨੇ ਕਿਸੇ ਕੰਪਨੀ ਦੇ ਵਿੱਚ, ਔਰ ਅਮਰੀਨ ਦੇ ਤਾਂ ਪਿਤਾ ਜੀ ਨਹੀਂ ਹੈਗੇ, ਉਹ ਬਹੁਤ ਛੋਟੇ ਸੀਗੇ ਬੱਚੇ ਜਦੋਂ ਉਹ ਗੁਜ਼ਰ ਜਾਂਦੇ ਨੇ, ਤਾਂ ਇਹਨਾਂ ਦੇ ਮਦਰ ਨੇ ਸਿੰਗਲ ਹੈਂਡਡਲੀ ਜਿਹੜਾ ਹੈਗਾ, ਇਹਨਾਂ ਦੇ ਮਦਰ ਸਿੰਗਲ ਮਦਰ ਨੇ, ਉਹਨਾਂ ਨੇ ਰੇਜ਼ ਕੀਤੇ ਬੱਚੇ, ਔਰ ਅੱਜ ਇਹਨਾਂ ਬੱਚਿਆਂ ਨੇ ਆਪਣੇ ਮਾਂ ਬਾਪ ਦਾ ਵੀ ਨਾਮ ਰੌਸ਼ਨ ਕੀਤਾ ਹੈ। ਔਰ ਅਲਟੀਮੇਟਲੀ ਦੋਨੋਂ ਜਿਹੜੇ ਫਰੈਂਡਸ ਹੈ ਉਹਨਾਂ ਦਾ ਇਹੀ ਗੋਲ ਹੈ ਕਿ ਉਹ UPSC ਕਰਨਾ ਚਾਹੁੰਦੇ ਨੇ, IAS ਬਣਨਾ ਚਾਹੁੰਦੇ ਨੇ, ਤਾਂ ਇਹਨਾਂ ਬੱਚਿਆਂ ਤੋਂ ਸਾਡੇ ਸਮਾਜ ਦੀਆਂ ਹੋਰ ਧੀਆਂ ਨੂੰ ਵੀ ਜਿਹੜਾ ਹੈਗਾ ਉਹ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ, ਇੰਸਪਾਇਰ ਹੋਣਾ ਚਾਹੀਦਾ, ਔਰ ਦੇਸ਼ ਦੀ ਹਰੇਕ ਧੀ ਨੂੰ ਜਿਹੜਾ ਹੈਗਾ ਉਹ ਸੈਲਫ ਇੰਡੀਪੈਂਡੈਂਟ ਹੋਣਾ ਚਾਹੀਦਾ, ਸੈਲਫ ਸਫੀਸ਼ੀਐਂਟ ਹੋਣਾ ਚਾਹੀਦਾ, ਔਰ ਪੜ੍ਹਨਾ ਚਾਹੀਦਾ, ਕਿਉਂਕਿ ਅਗਰ ਪੜ੍ਹੇਗਾ ਇੰਡੀਆ ਤਭੀ ਤੋਂ ਬੜੇਗਾ ਇੰਡੀਆ। ਧੰਨਵਾਦ।